ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਅੱਜ ਮੌਸਮ ਦੀ ਜਾਣਕਾਰੀ 25 ਜਨਵਰੀ ਅੱਜ ਦੇਰ ਸ਼ਾਮ ਤੋਂ ਲੈ ਕੇ ਕੱਲ ਸਵੇਰ ਤੱਕ ਪੰਜਾਬ ਦੇ ਮੌਸਮ ਵਿੱਚ ਕੀ ਕੀ ਹਲਚਲ ਰਹੇਗੀ ਉਸ ਦੇ ਸੰਬੰਧ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਜਿਵੇਂ ਕਿ ਦਿਨ ਦੇ ਸਮੇਂ ਦੇਖਿਆ ਕਿ ਪੰਜਾਬ ਦੇ ਜ਼ਿਆਤਰ ਹਿੱਸਿਆਂ ਦੇ ਵਿੱਚ ਦੁਪਹਿਰ ਤੋਂ ਬਾਅਦ ਚੰਗੀ ਧੁੱਪ ਦੇਖਣ ਨੂੰ ਮਿਲੀ ਹੈ ਤੇ ਉਸ ਦੌਰਾਨ ਜੇਕਰ ਅੱਜ ਦੇਰ ਸ਼ਾਮ ਤੋਂ ਗੱਲ ਕਰੀਏ ਅੱਧੀ ਰਾਤ ਤੱਕ ਦੀ ਤਾਂ ਇਸ ਦੌਰਾਨ ਪੰਜਾਬ ਵਿੱਚ ਮੌਸਮ ਜ਼ਿਆਤਰ ਆਪਾਂ ਨੂੰ ਸਾਫ਼ ਹੀ ਦੇਖਣ ਨੂੰ ਮਿਲੇਗਾ ਬੱਦਲਬਾਈ ਦੇ ਚਾਂਸ ਲਗਭਗ ਨਾ ਮਾਤਰ ਹੋਣਗੇ ਮੌਸਮ ਬੱਦਲਬਾਈ ਰਹਿਤ ਸਾਫ਼ ਰਹੇਗਾ ਇਹ ਦੇਰ ਸ਼ਾਮ ਤੋਂ ਰਾਤ ਦੇ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਤੇ ਨਾਲ ਨਾਲ ਪੱਛਮੀ ਹਵਾਵਾਂ ਵੀ ਚੱਲਣਗੀਆਂ ਜਿਹੜੀਆਂ ਜੇ ਹਫਤਾਰ ਹਲਕੀ ਹੋਵੇਗੀ ਪਰ ਰਾਤ ਦਾ ਸਮਾਂ ਅੱਗੇ ਵਧਣ ਦੇ ਨਾਲ ਹੀ ਹਵਾਵਾਂ ਦੀ ਗਤੀ ਦੇ ਵਿੱਚ ਹਲਕਾ ਜਿਹਾ ਵਾਧਾ ਵੀ ਦੇਖਣ ਨੂੰ ਮਿਲ ਸਕਦਾ ਹੈ ਤੇ ਇਸ ਦੌਰਾਨ ਰਾਤ ਦਾ ਜੋ ਘੱਟੋ ਘੱਟ ਤਾਪਮਨ ਆ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ 4 ਤੋਂ ਲੈ ਕੇ 6 ਡਿਗਰੀ ਦੇ ਆਸ-ਪਾਸ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦਰਜ ਕੀਤਾ ਜਾਵੇਗਾ ਤੇ ਇਸ ਦੌਰਾਨ ਸਵੇਰ ਦੇ ਸਮੇਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਇੱਕ ਵਾਰ ਫਿਰ ਤੋਂ ਧੁੰਦ ਪੈਣ ਦੇ ਅਸਰ ਨੇ ਜਿਹੜੇ ਕਾਫੀ ਬਣੇ ਹੋਏ ਨੇ ਸੋ ਜਿਸ ਦੇ ਚਲਦੇ ਕੁਝ ਹਿੱਸਿਆਂ ਵਿੱਚ ਧੁੰਦ ਹੈ ਉਹ ਦਰਮਿਆਨੇ ਰੂਪ ਦਾ ਕਰਹਿ ਸਕਦੀ ਹੈ ਪਰ ਉਮੀਦ ਇਹ ਵੀ ਹੈ ਕਿ ਕੱਲ ਸਵੇਰ ਅਗਲਾ ਸਮਾਂ ਹੋਵੇਗਾ ਜੋ ਦੁਪਹਿਰ ਦੇ ਕਰੀਬ ਤਾਂ ਉਸ ਤੋਂ ਬਾਅਦ ਚੰਗੀ ਧੁੱਪ ਵੀ ਦੇਖਣ ਨੂੰ ਮਿਲੇਗੀ ਤੇ ਬਾਕੀ ਜਿਹੜੀ ਕੱਲ ਸਵੇਰ ਦੀ ਨਵੀਂ ਅਪਡੇਟ ਆ ਉਹ ਕੱਲ ਦੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੋ ਜਾਵਾਂਗੇ ਸੋ ਲਗਾਤਾਰ ਮੌਸਮੀ ਅਪਡੇਟ ਲਈ ਚੈਨਲ ਪੰਜਾਬ ਵਾਦਰ ਨਾਲ ਬਨੇ ਰਹੋ ਧੰਨਵਾਦ ਜੀ